सत श्री अकाल दोस्तों, मैं अमरदीप सिद्धू स्वागत करदा तुहाडा साडे चैनल दे विच। सो अज असीं खड़े हाँ जी बरनाला दे विच। बरनाला दे नाल ही एक पिंड पैंदा संघेड़ा, उत्थों दे वी कह सकदे हां बरनाले दे सब तों मशहूर ट्रैक्टरां नूं पेंट ट्रैक्टरां दे पेंटर ने, ट्रैक्टरां नूं पेंट करदे आ, जिन्हां दा नाम हैगा जी मानसा पेंटर। बरनाले दे नहीं वी सारे पंजाब चों ही मशहूर पेंटरां दे विच नाम आउंदा जी इहनां दा। सो सारी जानकारी बाई तों लैंदे आ वी किद्दां किद्दां ट्रैक्टरां नूं पेंट करदे आ। तो बाई ने इधर साढ़े नाल बाई का करते हैं स्वागत। सत श्रीकाल भरे। सत श्रीकाल भाई जी। सब तो पहला दसो बी एड्रैस बोल दो भरे, बाकी मैं दस तो दिता ही है भाई। तुम दस भाई अपना पिंड संघेड़ा भाई, ये अपने बरनाला जिले के नेड़े, अपने बरनाला जिले। हाँ जी हाँ। बरनाले तो किन्ने गए सामने सरकारी हाई स्कूल इतने सामने अपने। हाँ जी, मैं तुम्हें दस दवा भी संघेड़ा पिंड एक सरकारी स्कूल है जोड़ा, वो सामने इन्हों की वर्कशॉप आ जिथे ट्रैक्टर पेंट वगैरह करते हैं भाई। पेंट के नाल नाल होर भी करते हो या कला पेंट ही मेन काम? पेंट भी करते हैं भाई, इंजन गेयर का कम कोई भी हो। हाँ जी, ਮਤਲਬ ਕਿ ਫੁੱਲ ਮੋਡੀਫਾਈ ਕਰਕੇ ਦੇ ਦਿੰਦੇ ਹਾਂ ਵੀ ਟਰੈਕਟਰ। ਅੱਛਾ, ਸਾਰਾ ਫੁੱਲ ਮੋਡੀਫਾਈ ਕਰ ਦਿੰਦੇ? ਅੱਛਾ, ਇੱਦਾਂ ਦਾ ਕੋਈ ਆਪਾਂ ਨੂੰ ਟਰੈਕਟਰ ਲਿਆ ਕੇ ਦੇ ਦਿੰਦਾ? ਹਾਂਜੀ, ਇੱਦਾਂ ਦਾ ਬਣਾ ਕੇ ਦੇ ਦਾਂਗੇ ਆਪਾਂ ਜਿਹੜਾ। ਅੱਛਾ, ਇੱਦਾਂ ਦਾ ਭਾਵੇਂ ਕੋਈ ਪੁਰਾਣਾ ਮਾਡਲ ਹੋਵੇ ਜਿਵੇਂ ਉਹ ਸੋਨਾ ਲੀਕਾ ਖੜਾ? ਹਾਂਜੀ ਹਾਂਜੀ, ਉਹ ਵੀ ਤਿਆਰ ਹੋਣ ਵਾਸਤੇ ਆਏ ਨੇ ਜੀ ਉਹ ਵੀ। ਹਾਂਜੀ, ਵੈਸੇ ਮੇਨ ਕੰਮ ਪੇਂਟ ਦਾ ਨਾ ਬਾਈ? ਪੇਂਟ ਦਾ ਜੀ। ਠੀਕ ਹੈ, ਕਿੰਨਾ ਟਾਈਮ ਹੋ ਗਿਆ ਬਾਈ ਸ਼ੁਰੂ ਕੀਤੇ ਨੂੰ? ਪੇਂਟ ਨੂੰ ਹੋ ਗਏ ਜੀ ਆਪਣੇ 12-13 ਸਾਲ ਹੋ ਗਏ ਆਪਾਂ ਨੂੰ ਕੰਮ। ਅੱਛਾ, 12-13 ਸਾਲ, ਠੀਕ ਹੈ। ਅਤੇ ਸਿੱਖਿਆ ਸੁੱਖਿਆ ਸੀ ਬਾਈ ਕਦੋਂ? ਹਾਂਜੀ ਹਾਂ, ਇੱਥੇ ਸਿੱਖਿਆ ਸੀ ਆਪਾਂ ਜੀ ਇੱਥੇ। ਠੀਕ ਹੈ ਵੀਰੇ। ਅਤੇ ਹਾਂਜੀ, ਆਹ ਬਈ ਦੋ ਟਰੈਕਟਰ ਤਾਂ ਪੇਂਟ ਹੋਏ ਖੜ੍ਹੇ ਹੈ ਨਾ? ਹਾਂਜੀ। ਅਤੇ ਉਹ ਜਿਹੜੇ ਉਹ ਦੋ ਖੜ੍ਹੇ ਆ ਸੋਨਾ ਲੀਕਾ, ਇਹ ਵੀ ਕਰਨੇ ਆ? ਇਹ ਪੇਂਟ ਇਹ ਕਿੱਥੋਂ ਹੋਣੇ ਆਏ ਆ ਜਿਹੜੇ ਰਹਿੰਦੇ ਆ ਕਰਨ ਵਾਲੇ? ਇਹ ਉਹ ਲੁਧਿਆਣੇ ਤੋਂ ਆਇਆ ਜੀ ਆਪਣਾ ਸੋਨਾ ਲੀਕਾ ਜਿਹੜਾ ਖੜ੍ਹਾ। ਠੀਕ ਹੈ ਬਈ। ਅਤੇ ਇਹ ਆਇਆ ਅੰਬਾਲੇ ਤੋਂ ਇੱਧਰ? ਅੱਛਾ, ਆਹ ਇੱਧਰ ਅੰਬਾਲੇ ਤੋਂ ਆਇਆ? ਠੀਕ ਹੈ ਜੀ। ਅਤੇ ਆਹ ਜਿਹੜਾ ਫੋਰਡ ਖੜ੍ਹਾ ਨਾ ਜੀ 3600? ਹਾਂਜੀ। ਅਤੇ ਇਹ ਮੰਨ ਲਓ ਵੀ ਬਾਹਰ ਬੂਰ ਭੇਜਣਾ ਕਿਤੇ ਕਿ ਉਹ ਅਸੀਂ? ਹਾਂਜੀ ਹਾਂਜੀ ਬਾਈ, ਇਹ ਬਾਹਰ ਵੀ ਭੇਜ ਦਿੰਦੇ ਆਪਾਂ। ਹਾਂਜੀ, ਆਪਣਾ ਵੀਰਾ ਨਾਗਰਾ ਫਾਰਮ ਆਪਣਾ, ਇਹਨਾਂ ਦਾ ਇੱਕ ਚੈਨਲ ਵੀ ਹੈਗਾ, ਇਹਨਾਂ ਦਾ ਮੋਡੀਫਾਈ ਵੀ ਕਰਦੇ ਨੇ, ਆਪਣੇ ਨਾਲ ਲੱਗ ਕੇ ਤਿਆਰ ਕਰਾਉਂਦੇ ਨੇ ਆਪਣੇ ਤੋਂ। ਅੱਛਾ, ਤੁਹਾਡੇ ਨਾਲ? ਹਾਂਜੀ ਬਈ, ਦੋ ਹੈ, ਇੱਕ ਤਾਂ ਨਾਗਰਾ ਫਾਰਮ ਅਤੇ ਇੱਕ ਮਾਨਸਾ ਪੇਂਟਰ ਵਿੱਚ। ਠੀਕ ਹੈ ਜੀ। ਅਤੇ ਬਾਕੀ ਆਹ ਟਰੈਕਟਰ ਜੀ, ਟਰੈਕਟਰ ਤਿਆਰ ਕਰਕੇ ਮਤਲਬ ਕਿ ਵੇਚ ਵੀ ਦਿੰਦੇ ਹਾਂ ਜੀ। ਅੱਛਾ, ਤਿਆਰ ਕਰਕੇ ਵੇਚਦੇ? ਇਹ ਬਈ ਔਡਰ 'ਤੇ ਤਿਆਰ ਹੋਣੇ ਆਉਂਦੇ ਜਾਂ ਤੁਸੀਂ ਆਪ ਵੀ ਤਿਆਰ ਕਰਕੇ ਵੀ ਰੱਖ ਲਈ? ਆਪ ਵੀ ਤਿਆਰ ਕਰਕੇ ਵੇਚਦੇ ਜੀ। ਅੱਛਾ, ਆਪ ਵੀ ਤਿਆਰ ਕਰਕੇ? ਔਡਰ 'ਤੇ ਕੋਈ ਬੰਦਾ ਕਹਿੰਦਾ ਤਾਂ ਆਪਾਂ ਤਿਆਰ ਕਰਕੇ ਵੀ ਦੇ ਦਾਂਗੇ। ਹਾਂਜੀ। ਅੱਛਾ, ਔਡਰ 'ਤੇ ਤਿਆਰ ਵੀ ਕਰ ਦਿੰਦੇ ਹੋ ਵੀ? ਆਹ ਜਿਹੜੇ ਦੋ ਟਰੈਕਟਰ ਹੈ ਔਡਰ ਵਾਲੀ ਹੈ ਸਰ? ਹਾਂਜੀ ਹਾਂਜੀ, ਔਡਰ ਵਾਲੀ। ਠੀਕ ਹੈ। ਆਹ ਵੀ ਬਾਹਰ ਬੂਹਰ ਲੈ ਕੇ ਜਾਣਾ ਕਿ ਇੱਥੇ ਵਾਲੇ? ਇਹ ਆਪਣਾ ਇੱਥੇ ਹੈ ਜੀ, ਆਪਣਾ ਇਹ ਮਾਨਸਾ ਦੇ ਕੋਲ ਪਿੰਡ ਹੈ। ਠੀਕ ਹੈ। ਅਤੇ ਆਹ ਹੁੱਡ ਵਗੈਰਾ ਵੀ ਤੁਸੀਂ ਵੀ ਲਾਈ? ਹਾਂਜੀ ਸਾਰਾ, ਮੈਂ ਤੁਹਾਨੂੰ ਦੱਸਿਆ ਸੀ ਵੀਰ ਜੀ, ਆਪਾਂ ਨਾ ਮਤਲਬ ਜੀ ਟਰੈਕਟਰ ਆਪਣਾ ਪੁਰਾਣਾ ਛੱਡ ਜਾਓ, ਇਹੋ ਜਿਹਾ ਬਣਾ ਕੇ ਦੇ ਦਾਂਗੇ। ਅੱਛਾ, ਜਮਾਂ ਇਹੋ ਜਿਹਾ ਕਰ ਦਿੰਦੇ? ਹਾਂਜੀ। ਠੀਕ ਹੈ, ਸਾਰਾ ਤਿਆਰੀ ਕਰਕੇ। ਹਾਂਜੀ, ਵੀ ਬੰਦੇ ਨੂੰ ਤਾਂ ਬਸ ਇੱਕ ਵਾਰੀ ਛੱਡਣਾ ਆਊਗਾ, ਇੱਕ ਵਾਰੀ ਲੈਣ ਆਊਗਾ। ਇੱਕ ਵਾਰੀ ਲੈਣ ਆਊਗਾ? ਹਾਂਜੀ। ਬਾਕੀ ਜਮਾਂ ਕੋਕਾ ਬਣਾ ਕੇ? ਕੋਕਾ ਬਣਾ ਕੇ ਦੇ। ਇਹ ਬਾਈ ਆਹ ਪੇਂਟ ਬਹੁਤ ਚਮਕਦਾ ਨਾ, ਇਹ ਕਿਹੜਾ 2K ਦਾ ਵਾ? 2K ਪੇਂਟ ਕਰਦੇ ਆ ਬਾਈ ਜੀ ਆਪਾਂ। ਠੀਕ ਹੈ ਬਾਈ। ਗਰੰਟੀ ਫੁੱਲ ਹੁੰਦੀ ਹੈ ਪੇਂਟ ਦੀ? ਫੁੱਲ ਗਰੰਟੀ ਹੁੰਦੀ ਹੈ। ਜੰਗ ਵਗੈਰਾ ਇਹ ਤਾਂ ਨਹੀਂ ਕੋਈ ਸਮੱਸਿਆ ਆਉਂਦੀ? ਨਾ ਜੀ ਬਾਈ, ਉਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਹਾਂਜੀ। ਅਤੇ ਇੱਧਰ ਟਰੈਕਟਰ ਖੜ੍ਹਾ ਜੀ, ਇਹ ਕਿੱਥੋਂ ਆਇਆ ਸੀਗਾ ਜੀ? ਇਹ ਆਪਣਾ ਇਹ ਲੋਕਲੀ ਹੈ ਜੀ ਆਪਣਾ। ਅੱਛਾ, ਇਹ ਲੋਕਲੀ ਹੈ? ਹਾਂ। ਇਹ ਕਿੱਥੇ ਬਾਹਰ ਬੂਹਰ ਜਾਣਾ ਕਿ ਵੀ? ਬਾਈ ਜੀ ਆਪਣੇ ਨਾਗਰਾ ਫਾਰਮ ਤੁਹਾਨੂੰ ਦੱਸਿਆ ਸੀਗਾ। ਹਾਂਜੀ, ਤਿਆਰ ਕਰਕੇ ਵੇਚਦੇ ਹਾਂ ਨਾ ਆਪਾਂ। ਅੱਛਾ, ਤਿਆਰ ਕਰਕੇ ਵੇਚ ਵੀ ਦਿੰਦੇ ਹਾਂ ਜੀ। ਤਿਆਰ ਕਰਕੇ ਵੇਚਦੇ? ਹਾਂ। ਠੀਕ ਹੈ। ਹਾਂਜੀ, ਜੇ ਕਿਸੇ ਵੀਰ ਨੇ ਲੈਣਾ ਹੋਵੇ ਟਰੈਕਟਰ ਆਪਾਂ ਆਰਡਰ ਕਰ ਵੀ ਸਕਦਾ ਜੀ, ਆਪਾਂ ਨੂੰ ਕੋਈ ਆਪਾਂ ਦੇ ਦਾਂਗੇ। ਹਾਂਜੀ, ਤਿਆਰ ਕਰਕੇ। ਇਹ ਜਿਵੇਂ ਆਹ ਟਰੈਕਟਰ ਸੀਗਾ, ਇਹ ਪਹਿਲਾਂ ਜਦੋਂ ਤੁਹਾਡੇ ਕੋਲ ਹੁਣ ਆਇਆ ਸੀਗਾ ਉਦੋਂ ਓਰੀਜਨਲ ਸੀਗਾ ਪੂਰਾ ਇਹ? ਹਾਂਜੀ, ਉਦੋਂ ਹੀ ਪੇਂਟ ਹੋਇਆ ਸੀ? ਨਹੀਂ ਨਹੀਂ, ਇਹ ਹਾਂ ਲਿਖਿਆ ਹੋਇਆ ਸੀ ਰੰਗ, ਓਰੀਜਨਲ ਸੀਗਾ। ਅੱਛਾ, ਓਰੀਜਨਲ ਸੀਗਾ ਸਾਰਾ, ਚਾਰ ਲੱਗੀ ਹੋਈ ਸੀ। ਠੀਕ ਹੈ। ਅਤੇ ਬਾਕੀ ਫੋਰਡ ਹੀ ਹੁੰਦੇ ਆ ਤੁਹਾਡੇ ਕੋਲ ਕਿ ਹੋਰ ਕੋਈ ਵੀ ਟਰੈਕਟਰ ਕਰਦੇ? ਕੋਈ ਵੀ ਟਰੈਕਟਰ ਆ ਜੀ ਬਾਈ ਜੀ, ਕਰ ਦਿੰਦੇ 911 ਆ ਜੇ, ਮੈਸੀ ਆ ਜੇ। ਠੀਕ ਹੈ ਜੀ। ਕੋਈ ਵੀ ਟਰੈਕਟਰ ਆ ਜੇ, ਹਿੰਦੁਸਤਾਨ ਆ ਜੇ, ਪੁਰਾਣਾ ਜਿਹੜਾ ਮਾਡਲ ਹੁੰਦਾ। ਹਾਂਜੀ ਹਾਂਜੀ। ਅਤੇ ਉੱਧਰਲੇ ਪਾਸੇ ਪੇਂਟਿੰਗ ਵਾਲਾ ਚੱਲਦਾ ਜੀ ਕੰਮ? ਹਾਂਜੀ, ਉਹ ਪੇਂਟਿੰਗ ਵਾਲਾ ਆ ਜਾਓ, ਉਹ ਦਿਖਾ ਦਿਓ ਵੀਰੇ ਮਾੜਾ ਜਿਹਾ। ਇਹਦਾ ਹੁਣ ਇੱਧਰ ਫੋਰਡ ਖੜਾ ਜੀ, ਇਹਨੂੰ ਅਸੀਂ ਰੰਗ ਲਾਹਾਂਗੇ ਇਹਦਾ। ਹਾਂਜੀ। ਅਤੇ ਫਿਰ ਇਹਨੂੰ ਜਮਾਂ ਅਲੱਗ ਰੰਗ ਲਾ ਕੇ। ਅੱਛਾ, ਇਹ ਤੁਹਾਡਾ ਆਹ ਬਣਾਇਆ ਵਾ ਨਾ ਬਾਈ, ਇਹਦੇ ਉੱਤੇ ਪਹਿਲਾਂ ਰੱਖ ਦਿਓ ਇੰਜਨ ਵਗੈਰਾ ਸਾਰਾ? ਹਾਂਜੀ ਹਾਂਜੀ। ਠੀਕ ਹੈ, ਪਹਿਲਾਂ ਚੰਗੀ ਤਰ੍ਹਾਂ ਰੇਗਮਲ ਮਾਰ ਕੇ ਬਾਅਦ 'ਚ ਹੋਣਾ ਹੁੰਦਾ ਨਾ? ਹਾਂਜੀ, ਗਰੈਂਡਰ ਵੀ ਲੱਗੂ ਹੋਇਆ ਜਿੱਥੇ ਰੇਗ ਮਾਰਦੇ, ਇੱਥੇ ਨਹੀਂ ਗਰੈਂਡਰ ਚੱਲ ਰਿਹਾ ਉੱਥੇ ਲੱਗਿਆ। ਅੱਛਾ, ਉੱਥੇ ਗਰੈਂਡਰ ਵਗੈਰਾ ਵੀ ਲੱਗੂਗਾ? ਠੀਕ ਹੈ। ਅਤੇ ਇਹ ਬੰਪਰ ਬੁੰਪਰ ਬਾਈ ਆਪ ਹੀ ਤਿਆਰ ਕਰ ਦਿਓ ਸਾਰੇ? ਬੈਂਪਰ ਬਣੇ ਬਣਾਏ ਆਉਂਦੇ ਆ ਬਈ। ਅੱਛਾ, ਬੈਂਪਰ ਬਣੇ ਬਣਾਏ ਆ ਕੇ ਕਰ ਦਿੰਦੇ? ਹਾਂਜੀ, ਬਸ ਆਪਾਂ ਕਰ ਦਿੰਦੇ ਹਾਂ। ਠੀਕ ਹੈ ਜੀ। ਅਤੇ ਇਹ ਕਿੰਨਾ ਟਾਈਮ ਲੱਗ ਜੂ ਬਾਈ ਇਹਨੂੰ ਪੇਂਟ ਕਰਨ? ਇਹਨੂੰ ਹਜੇ ਲੱਗਣਗੇ 15 ਦਿਨ। 15 ਦਿਨ, ਠੀਕ ਹੈ। ਆਹ ਦੇਖ ਲਓ ਬਈ, ਜੇ ਕਿਸੇ ਬਈ ਸੁਣਿਆ ਹੋਊਗਾ ਤੁਸੀਂ ਬਈ ਟਰੈਕਟਰ ਪੇਂਟ ਕੀਤੇ ਜਾਂਦੇ ਆ ਬਈ, ਹੋਰ ਟਰੈਕਟਰ ਓਰੀਜਨਲ ਨੂੰ ਪੇਂਟ ਕਰਵਾਇਆ ਵਾ, ਅੱਜ ਤੁਹਾਨੂੰ ਆਪਾਂ ਉਹ ਵਰਕਸ਼ਾਪ 'ਤੇ ਲੈ ਕੇ ਆਏ ਜਿੱਥੇ ਟਰੈਕਟਰ ਪੇਂਟ ਹੁੰਦੇ ਆ, ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਪੇਂਟ ਕੀਤੇ ਜਾਂਦੇ ਆ ਟਰੈਕਟਰ। ਅਤੇ ਇਹ ਬਾਈ ਕਿੱਥੋਂ ਹੁਣ ਆਇਆ ਸੀ ਤਿਆਰ? ਇਹ ਆਪਣਾ ਇੱਥੇ ਆਪਣਾ ਕੀ ਆ, ਰਾਏਕੋਟ ਤੋਂ ਆਇਆ। ਅੱਛਾ, ਰਾਏਕੋਟ ਕੋਲੋਂ ਆਇਆ ਸੀਗਾ। ਅਤੇ ਇਹ ਬਾਈ ਪਹਿਲਾਂ ਮਤਲਬ ਕਿ
रैकोड तो तैयार होना आया सी। इधर खड़ा जी एक, ये केड़ा जी? ये भी फोड़ आई। अच्छा ये भी फोड़ आ, ठीक है जी। मतलब कि इहनू बंदा बाहर चला गया। हाँ जी, जो आऊगा उदो तैयार करवाने जाना भाई, आके तैयार करवाऊंगा। अच्छा उन्ना चेर आई रहूगा ना जी? उन्ना चेर आई, ठीक है। ये थोड़े कोल पहला आ गए 6 महीने। ठीक है ठीक है, भाई आऊगा फिर आप करांगे तैयार। हाँ जी हाँ जी, ठीक है। मेरे तो ये भाई वर्कशॉप मान लो कि किन्ने के होगी, किन्ने के एरिए च वर्कशॉप हैगी है भाई? है गया है 25-23 ਵਿਸਵੇ ਹੋਣਗੇ। 25-23 ਵਿਸਵੇ ਤੇ ਮੰਨ ਲਓ ਬਈ ਕਦੇ ਇਹੋ ਜਿਹਾ ਹੁੰਦਾ ਵੀ ਚਲੋ ਵੀ ਭਰ ਵੀ ਜਾਂਦੀ ਹੈ ਪੂਰੀ ਇਹੋ ਜਿਹੀ? ਫੁੱਲ ਭਰ ਜਾਂਦੀ ਬਈ ਜੀ ਪੂਰਾ ਡਿਸਟਰਬ ਦਾ, ਹੁਣ ਸੀਜ਼ਨ ਚੱਲ ਰਿਹਾ ਨਾ ਖੇਤੀ। ਅੱਛਾ ਥੋੜਾ ਜਿਹਾ ਸੀਜ਼ਨ ਦਾ ਕਰਕੇ ਕੰਮ ਘੱਟ ਵੀ। ਟਰੈਕਟਰ ਕਿੰਨੇ ਖੋ ਜਾਂਦੇ ਜੇ ਉਸ 'ਚ ਗਿਣਿਆ ਜਾਵੇ ਤਾਂ? 50 ਟਰੈਕਟਰ ਹੁੰਦੇ ਆ ਜੀ। 50 ਟਰੈਕਟਰ ਹੁੰਦੇ? ਹਾਂ 50-70 ਟਰੈਕਟਰ ਆਪਣੇ ਅੰਦਰ ਖੜੇ ਹੁੰਦੇ ਨੇ। ਹਾਂਜੀ, ਤੇ ਪੇਂਟ ਵਾਸਤੇ ਵੀ ਮਤਲਬ ਆਪਣਾ ਮੇਨ ਕੰਮ ਇੱਕ ਟੈਚਿੰਗ ਦਾ ਵੀ ਹੈ ਜੀ, ਜੇ ਕਿਸੇ ਨੇ ਰੀਜਨਲ ਟੈਚਿੰਗ ਕਰਾਉਣੀ ਹੋਵੇ ਨਾ। ਹਾਂਜੀ ਹਾਂਜੀ, ਜਿਵੇਂ ਸ਼ੋਅ ਤੋਂ ਕਿਤੇ ਫੀਟ ਹੋ ਜਾਂਦਾ। ਹਾਂਜੀ, ਉਹ ਜਮਾਂ ਮੈਚ ਕਰ ਦਿੰਦੇ ਆਪਾਂ। ਅੱਛਾ ਜਮਾਂ ਮੇਨ ਮੈਚ ਕਰ ਦਿੰਦੇ ਰੰਗ, ਜੇ ਕਿਸੇ ਪਾਸੇ ਥੋੜ੍ਹਾ ਜਿਹਾ ਹੋ ਜਾਵੇ ਤਾਂ ਜਮਾਂ ਰੰਗ ਮੈਚ ਹੋ ਜਾਂਦਾ। ਅੱਜ ਕੱਲ੍ਹ ਮਹਿੰਦਰਾ DI ਤੇ ਜਿਵੇਂ ਉੱਪਰੋਂ ਪਾਪੜ ਜਿਹੇ ਬਣ ਕੇ ਲਾਈਨ ਲੱਗ ਜਾਂਦੇ ਨੇ। ਹਾਂਜੀ ਹਾਂਜੀ, ਮੈਕਸੀ ਦੇ ਜਿਵੇਂ ਨਵੇਂ ਮਾਡਲਾਂ ਦੇ ਪਾਪੜ ਬਣ ਕੇ ਲਾਈਨ ਲੱਗ ਜਾਂਦੇ, ਇੱਕ ਫਾਰਮ ਟਰੱਕ ਤੇ ਵੀ ਆਇਆ ਜੀ। ਹਾਂਜੀ ਹਾਂਜੀ, ਠੀਕ ਹੈ ਨਾ, ਵੀ ਉਹ ਸਾਰਾ ਜਮਾਂ ਨਾਲ ਕਰਕੇ ਆਪਾਂ। ਅੱਛਾ ਨਾਲ ਰੰਗ ਬਣਾ, ਠੀਕ ਹੈ ਬਾਈ। ਟਰਾਲੀਆਂ ਟਰੂਲੀਆਂ ਵੀ ਰੰਗ ਕਰਦੇ ਹੋ ਜਾਂ ਇਕੱਲੇ ਟਰੈਕਟਰ ਹੀ ਹੁੰਦੇ? ਇਕੱਲੇ ਟਰੈਕਟਰ ਹੀ ਬਈ। ਠੀਕ ਹੈ ਵੀਰੇ। ਇਹ ਵੀਰੇ ਹੁਣ ਮੇਨ ਗੱਲ ਦੱਸਿਓ ਬਈ, ਮੰਨ ਲਓ ਬਈ ਆਹ ਜਿਵੇਂ ਤਿਆਰ ਹੋਇਆ ਵਾ ਤੁਸੀਂ ਤਿਆਰ ਕਰਕੇ, ਚਲੋ ਇਹ ਤਾਂ ਆਰਡਰ 'ਤੇ ਆਇਆ ਵਾ ਨਾ ਬਈ, ਜਿਵੇਂ ਕੋਈ ਤਿਆਰ ਕਰਕੇ ਤੁਸੀਂ ਆਪਦੇ ਵੱਲੋਂ ਟਰੈਕਟਰ ਉਹ ਕਰਦੇ ਹੋ ਤਾਂ ਉਹਦਾ ਕੀ ਪ੍ਰਾਈਸ ਵਗੈਰਾ ਹੁੰਦਾ ਜੀ? ਬਾਈ ਜੀ ਜੇ ਸਿੰਪਲ ਤਿਆਰ ਜਿਵੇਂ ਕਰਾਉਣਾ ਹੋ, ਜਿਵੇਂ ਖੜਾ ਟਰੈਕਟਰ ਹੈ ਨਾ ਜੀ? ਹਾਂਜੀ, ਫਿਰ ਤਾਂ ਇਹ 'ਤੇ ਲੱਗੂ 2,30,000 ਰੁਪਏ। 2,30,000 ਬਣਿਆ ਬਣਾਇਆ? ਬਣਿਆ ਬਣਾਇਆ ਦੇ ਦਾਂਗੇ। ਠੀਕ ਹੈ, ਮੰਨ ਲਓ ਕੋਈ ਟਰੈਕਟਰ ਖੜਾ ਦੇਵੇ ਲਿਆ ਕੇ। ਹਾਂਜੀ, ਅਤੇ ਬਈ ਜੇ ਉਵੇਂ ਪੇਂਟ ਕਰਨਾ ਹੋਵੇ ਆਰਡਰ 'ਤੇ ਉਹ ਕੀ ਹਿਸਾਬ ਹੁੰਦਾ ਜੀ? ਉਹਦਾ 1.5 ਲੱਖ ਰੁਪਇਆ ਲੱਗਿਆ। ਉਹਦਾ 1.5 ਲੱਖ ਫੁੱਲ ਮੋਡੀਫਾਈ ਕਰ? ਫੁੱਲ ਮੋਡੀਫਾਈ ਕਰਕੇ ਦੇਵਾਂਗੇ, 1.5 ਲੱਖ ਰੁਪਏ ਦੇ ਬੰਦੇ ਨੂੰ ਐਂ ਚਮਕਾ ਕੇ ਟਰੈਕਟਰ ਦੇਵਾਂਗੇ ਜਮਾਂ ਚਮਕਾ ਕੇ। ਹਾਂਜੀ, ਆਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮੋਡੀਫਾਈ ਹੋਇਆ ਵਾ, ਅਤੇ ਬਾਕੀ ਖਰਚਾ ਵੱਧ ਵੀ ਜਾਂਦਾ ਬਾਈ, ਜਿਵੇਂ ਮੰਨ ਲਓ ਕੋਈ ਟਾਇਰ ਵਧੀਆ ਚੌੜੇ ਪਾਉਣੇ, ਉਹਦਾ ਹਾਂਜੀ ਵੀ ਜਦੋਂ ਕੰਪਨੀ ਦਾ ਮਾਲ ਪਾਉਣਾ ਉਹ ਤਾਂ ਬਾਈ ਜੀ ਫਿਰ ਐਂ ਹੁੰਦਾ ਨਾ, ਉਸ ਤੋਂ ਬਾਅਦ ਸ਼ੌਂਕ ਆ ਜਾਂਦੇ ਨੇ ਜੀ। ਹਾਂਜੀ, ਚੌੜੇ ਟਾਇਰ ਪਾਉਣੇ ਕਿਸੇ ਨੇ, ਹਾਂਜੀ ਮਗਰ ਲਾਏ ਲਵਾਉਣੇ ਆ, ਹਾਂਜੀ ਫਿਰ ਉਹਦਾ ਖਰਚਾ ਵੱਧ ਜੂਗਾ ਆਪਣਾ। ਵੀ ਆਪਦੇ ਸਿੰਪਲ ਜਿਵੇਂ ਆ ਖੜਾ ਟਰੈਕਟਰ ਆਪਾਂ ਕਰਕੇ ਦੇ ਦਾਂਗੇ, ਵੀ ਆਪਦੇ ਵੱਲੋਂ ਤੁਸੀਂ ਪੂਰੀ ਰੀਝ ਲਾ ਕੇ ਬਣਾ ਦਿੰਦੇ ਹੋ, ਬਾਕੀ ਅਗਲੇ ਦੀ ਮਰਜ਼ੀ ਜਿਹੜਾ ਕੁਛ। ਹਾਂਜੀ, ਉਹ ਲਾ ਦੇਵਾਂਗੇ ਉਹ ਵੀ। ਹਾਂਜੀ, ਜਿਵੇਂ ਇੱਥੇ ਹੁਣ ਕਈ ਲੋਕ AK-47 ਦਾ ਮਾਡਲ ਬਣਵਾ ਕੇ ਲਾਉਂਦੇ, ਉਹ ਸਾਰਾ ਕੁਛ ਲਾ ਦਿੰਦੇ, ਉਹ ਲਾ ਦਾਂਗੇ, ਸਾਰਾ ਕੁਛ ਲੱਗ ਜੂਗਾ, ਪਰ ਉਹਦਾ ਖਰਚਾ ਵੱਖਰਾ ਆਊਗਾ ਨਾ ਜੀ। ਇਹ ਇਹਨਾਂ ਨੇ ਮੇਨ ਖਰਚਾ ਦੱਸਿਆ, ਜਿਵੇਂ ਆਹ ਟਰੈਕਟਰ ਸੈਂਪਲ ਮੋਡੀਫਾਈ ਹੋਇਆ ਵਾ, ਇਹਦਾ ਖਰਚਾ ਵੀ 2,00,000 ਕਿੰਨਾ ਸੀ ਬਾਈ? 30,000 ਰੁਪਏ। 2,30,000 ਰੁਪਇਆ ਇੰਨਾ ਪਾਵਰ ਕਰਾਉਣਾ, ਉਹਦਾ ਅਲੱਗ ਖਰਚਾ ਹੋਊ। ਅੱਛਾ, ਆਹ ਪਾਵਰ ਹੋਏ ਵੇ ਬਾਈ? ਨਹੀਂ ਨਹੀਂ ਨਹੀਂ, ਇਹ ਸੈਂਪਲ ਆ, ਠੀਕ ਹੈ। ਡਿਸਕ ਬ੍ਰੇਕਰੋਂ ਲੱਗ ਜਾਣਗੇ ਸਾਰਾ, ਮਤਲਬ ਕੋਈ ਜਾਂ ਹਾਂਜੀ ਰੇਟ ਹੋ ਜਾਂਦਾ, ਉਹ ਫਿਰ ਉਹੋ ਜਿਹਾ ਰੇਟ ਆ ਉਸ ਹਿਸਾਬ ਨਾਲ ਹੋ ਜੂਗਾ। ਆਹ ਸੈਂਪਲ ਟਰੈਕਟਰ ਦਾ ਖਰਚਾ ਵੀ 2,30,000 ਰੁਪਇਆ ਵਾ, ਜਿਵੇਂ ਆਹ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਤੁਸੀਂ ਵੀ ਜਿਵੇਂ ਸਾਰਾ ਕੁਛ ਟਾਇਰ ਟੂਰ ਪਾ ਕੇ ਬਈ ਨਾਲ। ਹਾਂਜੀ ਹਾਂ, ਜਿੱਦਾਂ ਦਾ ਹਾਂ ਟਾਇਰ, ਹਾਂਜੀ ਸਾਰਾ ਕੁਛ ਪਾ ਕੇ ਤੁਹਾਨੂੰ ਮਾਡਲ ਦੇ ਦਾਂਗੇ। ਜਿਵੇਂ ਡਾਊਨ ਮਾਡਲ ਲੈਣਾ ਉਹ ਜਿਹਾ ਰੇਟ ਘੱਟ ਵੀ ਜਾਂਦਾ, ਉਹੋ ਜਿਹਾ ਰੇਟ ਘੱਟ ਜਾਂਦਾ, ਠੀਕ ਹੈ। 90+ ਮਾਡਲ ਤੁਹਾਨੂੰ ਮਿਲ ਜੂਗਾ 2,30,000 ਦੇ ਆਸ ਪਾਸ। ਅਤੇ ਬਾਈ ਇਹ ਇੱਕ ਵਾਰ ਐਡਰੈਸ ਦੁਆਰਾ ਬੋਲ ਦਿਓ ਵੀਡੀਓ ਖਤਮ ਕਰਨ ਤੋਂ ਪਹਿਲਾਂ ਜੀ। ਬਾਈ ਐਡਰੈਸ ਹੈਗਾ ਆਪਣਾ ਪਿੰਡ ਸੰਘੇੜਾ ਜੀ, ਜ਼ਿਲ੍ਹਾ ਬਰਨਾਲਾ। ਹਾਂਜੀ, ਅਤੇ ਸਕੂਲ ਦੇ ਸਾਹਮਣੇ, ਸਰਕਾਰੀ ਸਕੂਲ ਹੈ ਜੀ ਆਪਣੇ ਸਾਹਮਣੇ, ਅਤੇ ਆਹ ਵਰਕਸ਼ਾਪ ਆ ਜੀ ਆਪਣੀ ਸਾਹਮਣੇ। ਇਹਨਾਂ ਦਾ ਵੱਡਾ ਬੋਰਡ ਲੱਗਿਆ ਹੋਊਗਾ, ਮੈਂ ਵੀਡੀਓ ਵੀ ਪਾ ਜੂੰਗਾ ਵਿੱਚ। ਕਿਸਾਨ ਟਰੈਕਟਰ ਤਾਂ ਬਾਈ? ਕਿਸਾਨ ਡੈਂਟਿੰਗ ਪੈਂਟਿੰਗ, ਕਿਸਾਨ ਡੈਂਟਿੰਗ ਪੈਂਟਿੰਗ ਇਹਨਾਂ ਦਾ ਬੋਰਡ ਲੱਗਿਆ, ਤੁਹਾਨੂੰ ਦੱਸ ਜੂਗਾ ਬਾਈ ਜੀ। ਹੈਗੇ ਨਾਗਰਾ ਫਾਰਮ, ਨਾਗਰਾ ਫਾਰਮਾਂ ਨਾਲ ਅਤੇ ਇਹਨਾਂ ਦਾ ਇਕੱਠਿਆਂ ਦਾ ਕੰਮ ਆ, ਅਤੇ ਸਕੂਲ ਦੇ ਸਾਹਮਣੇ ਵੱਡਾ ਬੋਰਡ ਤੁਹਾਨੂੰ ਲੱਗਿਆ ਦੱਸ ਜੂਗਾ। ਵਾਹਵਾ ਖੁੱਲ੍ਹੇ ਥਾਂ ਦੇ ਵਿੱਚ ਇਹਨਾਂ ਦੀ ਹੈਗੀ ਆ ਵਰਕਸ਼ਾਪ। ਅਤੇ ਬਾਈ ਨੰਬਰ ਬੋਲ ਦਿਓ ਇੱਕ ਵਾਰੀ। ਆਪਣਾ ਨੰਬਰ ਹੈਗਾ ਜੀ 98-724 98-250 99 ਬਈ 99-256 ਜੀ 99-256 ਅਤੇ ਬਾਈ ਦਾ ਨੰਬਰ ਦੱਸੋ ਵੀਰੇ। ਆਪਣਾ ਬਾਈ 94-36-87-088। ਠੀਕ ਹੈ ਵੀਰੇ, ਅਤੇ ਇਹ ਨੰਬਰ ਤੁਸੀਂ ਨੋਟ ਕਰ ਸਕਦੇ ਹੋ, ਕਦੇ ਵੀ ਤੁਸੀਂ ਆ ਕੇ ਮੰਨ ਲਓ ਕਿ ਡਿਟੇਲ ਦੇ ਵਿੱਚ ਵੀ ਇਹਨਾਂ ਤੋਂ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਹੋ। ਸੋ ਅੱਜ ਦੀ ਵੀਡੀਓ ਖਤਮ ਕਰਦੇ ਹਾਂ ਜੀ, ਬਹੁਤ ਬਹੁਤ ਮਿਹਰਬਾਨੀ ਬਾਈ, ਬਹੁਤ ਧੰਨਵਾਦ ਤੁਹਾਡਾ ਟਾਈਮ ਦਿੱਤਾ ਜੀ। ਥੈਂਕ ਯੂ।